ਸੁਣ ਲਈਆਂ ਇਹ ਆਵਾਜ਼ਾਂ। ਇਹ ਬਾਈਕ ਕਿਸੇ ਪੁਲਿਸ ਦੇ ਮੁਲਾਜ਼ਮ ਦਾ ਨਹੀਂ, ਸਗੋਂ ਇੱਕ ਨੌਜਵਾਨ ਦਾ ਹੈ ਜਿਸ ਨੇ ਆਪਣੀ ਬਾਈਕ ਨੂੰ ਮੋਡੀਫਾਈ ਕਰਕੇ ਤਰ੍ਹਾਂ ਤਰ੍ਹਾਂ ਦੇ ਹੂਟਰ ਲਗਾਏ ਹੋਏ ਨੇ। ਇਸ ਦਾ ਸਲਾਂਸਰ ਵੀ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ, ਤਾਂ ਪੁਲਿਸ ਨੇ ਇਸ ਨੂੰ ਘੇਰਾ ਪਾ ਕੇ ਰੋਕਿਆ। ਔਰ ਜਦੋਂ ਟੈਸਟ ਕੀਤਾ ਤਾਂ ਪੁਲਿਸ ਵਾਲਿਆਂ ਦਾ ਹੂਟਰ ਆ ਜਿਹੜਾ ਇਸ ਮੋਟਰਸਾਈਕਲ 'ਤੇ ਲੱਗਿਆ ਹੋਇਆ ਸੀ, ਖੁਦ ਪੁਲਿਸ ਦੇ ਮੁਲਾਜ਼ਮਾਂ ਨੇ ਚੈੱਕ ਕੀਤਾ। ਤਸਵੀਰਾਂ ਖਰੜਦੀਆਂ ਨੇ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਸੀ, ਤਾਂ ਪੁਲਿਸ ਦੇ ਮੁਲਾਜ਼ਮ ਨੇ ਅੱਗੇ ਹੋ ਕੇ ਇਸ ਨੂੰ ਘੇਰਾ ਪਾਇਆ, ਰੋਕਿਆ। ਤਾਂ ਜਦੋਂ ਚੈੱਕ ਕੀਤਾ ਤਾਂ ਬਿਲਕੁਲ ਜਿਵੇਂ ਪੁਲਿਸ ਵਾਲਿਆਂ ਦੇ ਹੂਟਰ ਹੁੰਦੇ ਨੇ, ਉਸ ਤਰੀਕੇ ਦੇ ਨਾਲ ਇਸ ਨੌਜਵਾਨ ਨੇ ਆਪਣੇ ਬਾਈਕ ਨੂੰ ਮੋਡੀਫਾਈ ਕਰਕੇ ਬਿਲਕੁਲ ਉਸੇ ਤਰ੍ਹਾਂ ਦੇ ਹੂਟਰ ਲਗਾਏ ਹੋਏ ਸੀ। ਤਾਂ ਪੁਲਿਸ ਦੇ ਮੁਲਾਜ਼ਮ ਨੇ ਦੱਸਿਆ ਕਿ ਇਹ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਨੌਜਵਾਨ ਨੇ ਜੋ ਸੜਕਾਂ 'ਤੇ ਸ਼ਰੇਆਮ ਹੁੱਲੜਬਾਜ਼ੀ ਕਰਦੇ ਨੇ। ਕਿਸੇ ਦਾ ਵੀ, ਚਾਹੇ ਬਜ਼ੁਰਗ ਹੋਵੇ, ਚਾਹੇ ਔਰਤਾਂ ਹੋਣ, ਚਾਹੇ ਲੜਕੀਆਂ ਹੋਣ, ਕਿਸੇ ਦਾ ਵੀ ਲਿਹਾਜ਼ ਨਹੀਂ ਕਰਦੇ। ਸ਼ਰੇਆਮ ਇਹਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ। ਬਿਲਕੁਲ ਵਿਅਕਤੀ ਦੇ ਕੋਲ ਆ ਕੇ ਇਹਨਾਂ ਦੇ ਵੱਲੋਂ ਹੌਰਨ, ਜੋ ਵੱਖ ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਨੇ, ਉਹ ਮਾਰੇ ਜਾਂਦੇ ਨੇ, ਹੂਟਰ ਵਜਾਏ ਜਾਂਦੇ ਨੇ, ਔਰ ਸਲਾਂਸਰਾਂ ਦੇ ਪਟਾਕੇ ਵੀ ਇਹਨਾਂ ਨੌਜਵਾਨਾਂ ਦੇ ਵੱਲੋਂ ਪਾਏ ਜਾਂਦੇ ਨੇ। ਤਾਂ ਪੁਲਿਸ ਦੇ ਮੁਲਾਜ਼ਮ ਨੇ ਇਸ ਨੌਜਵਾਨ ਦੇ ਬਾਰੇ ਔਰ ਬਾਈਕ ਦੇ ਬਾਰੇ ਕੀ ਕਿਹਾ, ਤੁਸੀਂ ਵੀ ਸੁਣੋ। ਖਾਨਪੁਰ ਵੱਲੋਂ ਆ ਰਿਹਾ ਸੀਗਾ ਅਤੇ ਪਿੱਛੋਂ ਪੂਰੇ ਜਾਣੀ ਸਲਾਂਸਰ ਦੀ ਪੂਰੀ ਆਵਾਜ਼ ਛੱਡੀ ਹੋਈ ਸੀ, ਮੋਟਰ ਮਾਰਦੇ ਆ ਰਹੇ ਸੀ। ਮੈਂ ਅੱਗੇ ਆ ਕੇ ਬਾਜ਼ਾਰ ਦੇ ਵਿੱਚ ਇਹਨਾਂ ਨੂੰ ਇੱਕ ਸਾਈਡ 'ਤੇ ਲਵਾ ਕੇ ਇਹਨਾਂ ਨੂੰ ਭੇਜ ਲਿਆ ਜੀ। ਇਹ ਬਹੁਤ ਜ਼ਿਆਦਾ ਗੁੰਡਾਗਰਦੀ ਹੋ ਰਹੀ ਹੈ, ਜਿੰਨੇ ਵੀ ਗਲੀ ਵਾਸੀ ਦੇ ਬੱਚੇ ਆ ਨਾ, ਇਹ ਬਿਲਕੁਲ ਪਰਵਾਹ ਨਹੀਂ ਕਰਦੇ ਵੀ ਕੋਈ ਬਜ਼ੁਰਗ ਜਾ ਰਿਹਾ ਜਾਂ ਕੋਈ ਮਰੀਜ਼ ਹੈ। ਇਹ ਤਾਂ ਬਿਲਕੁਲ ਪਰਵਾਹ ਹੈ ਨਹੀਂ ਜੀ ਇਹਨਾਂ ਨੂੰ ਵੀ ਕਿੰਨੀ ਜਾਨ ਚਲੇ ਜਾਊਗੀ ਜੀ। ਆਹ ਤੁਸੀਂ ਦੇਖ ਲਿਆ ਵੀ ਮੋਟਰ ਵੀ ਤਰ੍ਹਾਂ ਤਰ੍ਹਾਂ ਦੇ ਹੋਟਲ ਲੱਗੇ ਹੋਏ ਆ, ਆਹ ਸਲੰਸਰ ਵੀ ਦੇਖ ਲਓ ਕਿਹੜੇ ਕਿਹੜੇ ਲੱਗਿਆ ਹੋਇਆ ਜੀ। ਵੈਸੇ ਮਾਂ ਬਾਪ ਨੂੰ ਚਾਹੀਦਾ ਵੀ ਜਦੋਂ ਬੱਚਾ ਘਰੋਂ ਜਾਂਦਾ ਉਹਨੂੰ ਚੈੱਕ ਕਰਨ, ਸਾਡਾ ਬੱਚਾ ਕੀ ਕਰਦਾ ਅਤੇ ਮੋਟਰਸਾਈਕਲ ਕਿੱਦਾਂ ਦਾ ਲੈ ਕੇ ਜਾ ਰਿਹਾ ਜੀ। ਸਾਡੇ ਸੀਨੀਅਰ ਸਨਮਾਨਯੋਗ ਸਸ਼ੀ ਸਾਹਿਬ, SP ਟ੍ਰੈਫਿਕ ਸਾਹਿਬ ਵੱਲੋਂ ਅਤੇ DSP ਟ੍ਰੈਫਿਕ ਸਾਹਿਬ ਵੱਲੋਂ ਹਰੇਕ ਟਾਈਮ ਦੀਆਂ ਹਦਾਇਤਾਂ ਦਿੱਤੀਆਂ ਕਿ ਜੇ ਹੁੱਲੜਬਾਜ਼ੀ ਜਾਂ ਜੇ ਟ੍ਰਿਪ ਰਾਈਡਿੰਗ ਜਾਂ ਇਸ ਤਰ੍ਹਾਂ ਦੇ ਕਿਸੇ ਨੂੰ ਮੋਡੀਫਾਈ ਕੀਤੇ ਮੋਟਰਸਾਈਕਲ ਮਿਲਦੇ ਹਨ, ਵੱਧ ਤੋਂ ਵੱਧ ਬੰਦ ਕੀਤਾ ਜਾਵੇ। ਪਿਛਲੇ ਦਿਨਾਂ ਦੇ ਬੁਲਟ ਮੋਟਰਸਾਈਕਲ ਵਗੈਰਾ ਬਹੁਤ ਬੰਦ ਕੀਤੇ ਆ, ਅਤੇ ਹੁਣ ਵੀ ਉਹਨਾਂ ਨੇ ਕਿਹਾ ਮੇਰੇ ਵੱਲੋਂ ਸਾਰੇ ਟ੍ਰੈਫਿਕ ਕਰਮਚਾਰੀ ਖਾੜਦਿਆਂ ਨੂੰ ਉਹਨਾਂ ਨੇ ਕਿਹਾ ਵਾਰ ਵਾਰ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਚਰਨ ਨੂੰ ਨੱਥ ਪਾਉਣ ਲਈ ਸਾਨੂੰ ਉਹਨਾਂ ਨੇ ਕਿ ਪੂਰਾ ਉਹਨਾਂ ਨੇ ਸਖਤੀ ਨਾਲ ਨਿਬੜਨਾ ਪਊਗਾ। ਜਿਹੜੇ ਵਧੀਆ ਕੋਈ ਬਾਹਰ ਦੀ ਗੱਡੀ ਨੂੰ ਰੋਕ ਕੇ ਜਾਂ ਇਸ ਤਰ੍ਹਾਂ ਦੀ ਕਿਸੇ ਤੰਗ ਨਹੀਂ ਕੀਤਾ ਜਾਊਗਾ, ਅਤੇ ਇਸ ਤਰ੍ਹਾਂ ਦੇ ਮੋਟਰਸਾਈਕਲ ਹੈ ਉਹਨਾਂ ਨੂੰ ਸਖਤੀ ਨਿਬੜ ਕੇ ਉਹਨੂੰ ਬੰਦ ਕੀਤਾ ਜਾਵੇ। ਅੱਜ ਜੋ ਤੁਸੀਂ ਸਾਡੇ ਸਾਹਮਣੇ ਹੈ ਇੱਕ ਮੋਟਰਸਾਈਕਲ ਰੋਕਿਆ ਵਿਚਾਰਨੇ ਇਸ ਸਹੀ ਸੀ, ਉਹਨਾਂ ਨੇ ਰੋਕ ਕੇ ਦੇਣਾ ਕਿ ਇਹਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ, ਭੱਜਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਰੋਕ ਕੇ ਇਹਦਾ ਰਾਜਸਥਾਨ ਦਾ ਨੰਬਰ ਹੈ ਅਤੇ ਜੋ ਮੁੰਡਾ ਨੇ ਕਿਹਾ ਆਪਦੇ ਕਹਿੰਦੇ ਵੀ ਮੈਂ ਹਿਮਾਚਲ ਦਾ, ਇਹ CU ਵਿੱਚ ਪੜ੍ਹਦੇ ਆ। ਇਹਨਾਂ ਨੇ ਵੱਡੇ ਸਪੀਕਰ ਇਸ ਤਰ੍ਹਾਂ ਦੇ ਇੱਕ ਨਾ ਕਿ ਮੈਕ ਲਵਾਇਆ ਹੋਇਆ ਹੈ, ਜੋ ਉਹਨਾਂ ਕਿ ਮੈਕ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਵੀ ਇਹ ਕੁੜੀਆਂ ਕਮੈਂਟ ਬਾਜੀ ਵਗੈਰਾ ਕਰਦੇ ਹੋਣਗੇ, ਅਤੇ ਜਾਂ ਸਲਾਂਸਰ ਵੀ ਕੁਦਾ ਚੇਂਜ ਕੀਤਾ, ਹੀਰੋਆਂ ਨੇ ਮੋਟਰਸਾਈਕਲ ਦੇ ਸਲਾਂਸਰ ਚੇਂਜ ਕੀਤਾ ਹੋਇਆ, ਇਹਨੂੰ ਹੁਣ ਅਸੀਂ ਰੋਕ ਕੇ ਇਹ ਅਬਾਊਂਡ ਕਰਤਾ ਹੈ, ਅਤੇ ਇਸ ਤੋਂ ਬਾਅਦ ਜੋ ਉਹਨਾਂ ਕਿ ਵੱਖਰੇ ਵੱਖਰੇ ਪੈਨ ਸਾਹਿਬ ਲਾਏ ਗਏ ਹਨ, ਅਤੇ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਕਿ ਇਸ ਤਰ੍ਹਾਂ ਦੀ ਚੀਜ਼ਾਂ। ਅਤੇ ਹੁਣ ਚਲਾਨ ਘੱਟੋ ਘੱਟ ਕਿੰਨੇ ਦਾ ਹੋਏਗਾ ਇਸ ਟਾਈਮ? ਇਹ ਘੱਟੋ ਘੱਟ ਜੀ 15-20 ਹਜ਼ਾਰ ਦਾ ਚਲਾਨ ਹੋਊਗਾ ਮੋਟਰਸਾਈਕਲ ਦਾ, ਕਿਉਂਕਿ ਇਸ ਤਰ੍ਹਾਂ ਦਾ ਉਹਨੇ ਕਿਹਾ ਇਹ ਲੜਕੇ ਨੇ ਆਪਦੀ ਤਾਂ ਉਹਨੇ ਕਿ ਸਿਰਫ ਵਧੀਆ ਟੌਰ ਬਣਾਉਣ ਲਈ ਲਾਇਆ ਗਿਆ ਹੈ, ਪਰ ਅਸੀਂ ਇਹ ਸੋਚਦੇ ਹਾਂ ਮਾਪਿਆਂ ਦਾ ਨੁਕਸਾਨ ਕਰ ਰਹੇ ਹੈ। ਮਾਪੇ ਇੰਨੀ ਮਿਹਨਤ ਦੇ ਨਾਲ ਬੱਚੇ ਨੂੰ CU ਚੰਡੀਗੜ੍ਹ ਯੂਨੀਵਰਸਿਟੀ ਭੇਜ ਰਹੇ ਆ ਆਪਣੇ ਤਰੱਕੀ ਕਰਨ ਵਾਸਤੇ, ਪਰ ਇਸ ਤਰ੍ਹਾਂ ਦੀਆਂ
ਹਰਕਤਾਂ ਕਰਕੇ ਜੋ ਮਾਪਿਆਂ ਨੂੰ ਇਹ ਐਕਸਟਰਾ ਹੋਰ ਪੈਸੇ ਭਰਨ ਲਈ ਮਜਬੂਰ ਕਰ ਰਿਹਾ, ਫੀਸਾਂ ਦੇ ਤਾਂ ਵਿਚਾਰੇ ਤੰਗੀਆਂ ਭਰ ਹੀ ਰਹੇ ਆ, ਪਰ ਇਹ ਹੁਣ ਇਹ ਮੋਟਰਸਾਈਕਲ 'ਤੇ ਲੱਗਦੇ ਚਲਾਨਾਂ 'ਤੇ ਵੀ ਇਹਨਾਂ ਨੂੰ ਭਰਨਾ ਪਊਗਾ।